ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ। ਅਸਲਾਮ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹੁ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਕਹਿਣਾ ਚਾਹੋਗੇ ਜੋ 15 ਅਗਸਤ ਦੇ ਮੁੱਖ ਤੇ 14 ਅਗਸਤ ਵਾਲੇ ਦਿਨ ਬਲੈਕ ਡੇ ਮਨਾਇਆ ਜਾ ਰਿਹਾ, ਕੀ ਕਹਿਣਾ ਚਾਹੋਗੇ? ਇਹ ਅੱਜ ਜੋ 14 ਅਗਸਤ ਨੂੰ ਬਲੈਕ ਡੇ ਮਨਾਇਆ ਜਾ ਰਿਹਾ ਹੈ, ਇਹ ਤੁਸੀਂ ਭਲੀ ਭਾਂਤੀ ਜਾਣਦੇ ਹੋ। ਜਦੋਂ 47 ਦੇ ਵਿੱਚ ਹਿੰਦੁਸਤਾਨ ਭਾਰਤ ਸਾਡਾ ਆਜ਼ਾਦ ਹੋਇਆ ਸੀਗਾ, ਤਾਂ ਉਸ ਟਾਈਮ ਸਾਨੂੰ ਸੰਵਿਧਾਨ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਇਹ ਲਿਖ ਦਿੱਤਾ ਸੀਗਾ ਕਿ ਇੱਥੇ ਸਭ ਨੂੰ ਬਰਾਬਰ ਦੇ ਹੱਕ ਮਿਲਣਗੇ। ਹਿੰਦੂਆਂ ਨੂੰ ਬਰਾਬਰ ਦੇ ਹੱਕ ਮਿਲਣਗੇ, ਮੁਸਲਮਾਨਾਂ ਨੂੰ ਬਰਾਬਰ ਦੇ ਹੱਕ ਮਿਲਣਗੇ, ਸਿੱਖ ਭਰਾਵਾਂ ਨੂੰ ਬਰਾਬਰ ਦੇ ਹੱਕ ਮਿਲਣਗੇ, ਇਸਾਈਆਂ ਨੂੰ ਬਰਾਬਰ ਦੇ ਹੱਕ ਮਿਲਣਗੇ, ਔਰ ਦਲਿਤ ਵੀਰਾਂ ਨੂੰ ਵੀ ਬਰਾਬਰ ਦੇ ਹੱਕ ਮਿਲਣਗੇ। ਪਰ ਉਹ ਹੱਕਾਂ ਤੋਂ ਅਸੀਂ ਵਾਂਝੇ ਰਹਿੰਦੇ ਆ ਰਹੇ ਹਾਂ। ਸਾਨੂੰ ਸਾਡੇ ਨਾਲ ਸ਼ੁਰੂ ਤੋਂ ਹੀ ਵਿਤਕਰਾ ਕਰਦੇ ਆ ਰਹੇ ਹਨ, ਦਲਿਤ ਭਾਈਚਾਰੇ ਦੇ ਨਾਲ ਬਹੁਤ ਗੰਦੀਆਂ ਹਰਕਤਾਂ ਕਰ ਰਹੇ ਹਨ। ਪਿੱਛੇ ਜਾਏ ਵੀਡੀਓ ਤੁਸੀਂ ਦੇਖੀ ਹੋਣੀ ਹੈ ਕਿ ਇੱਕ ਬੰਦਾ ਉਹਨਾਂ ਦੇ ਮੂੰਹ ਦੇ ਉੱਪਰ ਪਿਸ਼ਾਬ ਕਰ ਰਿਹਾ ਸੀ, ਔਰ ਦੂਸਰੀ ਵੀਡੀਓ ਦੇ ਵਿੱਚ ਉਹਨੂੰ ਆਪਣੀ ਲੈਟਰਿੰਗ ਕਰਕੇ ਖੁਲਾ ਰਿਹਾ ਸੀ। 84 ਦੇ ਵਿੱਚ ਜਦੋਂ 1984 ਦਾ ਵਾਕਿਆ ਹੋਇਆ, ਤਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ। ਦਿੱਲੀ ਦੇ ਵਿੱਚ ਸਿੱਖ ਭਰਾਵਾਂ ਦੇ ਗਲਾਂ ਦੇ ਵਿੱਚ, ਜਿਉਂਦਿਆਂ ਦੇ ਵਿੱਚ ਟਾਇਰ ਪਾ ਕੇ ਅੱਗ ਲਗਾ ਕੇ ਸਾੜ ਦਿੱਤਾ ਗਿਆ, ਔਰ 1992 ਦੇ ਵਿੱਚ ਬਾਬਰੀ ਮਸਜਿਦ ਨੂੰ ਸ਼ਹੀਦ ਕਰ ਦਿੱਤਾ ਗਿਆ। ਔਰ ਸ਼ਹੀਦ ਕਰਨ ਤੋਂ ਬਾਅਦ ਉਸ ਯੂਪੀ ਦੇ ਵਿੱਚ, ਪੂਰੀ ਦੇ ਵਿੱਚ ਜਿੱਥੇ ਜਿੱਥੇ ਮੁਸਲਮਾਨਾਂ ਦੀ ਅਕਸਰੀਅਤ ਸੀ, ਉੱਥੇ ਜਾ ਕੇ ਮੁਸਲਮਾਨਾਂ ਦੇ ਨਾਲ ਧੱਕਾ ਕੀਤਾ ਗਿਆ, ਸਾਡੀਆਂ ਔਰਤਾਂ ਦੇ ਨਾਲ ਧੱਕਾ ਕੀਤਾ ਗਿਆ। ਸਨ 2002 ਸਾਡੇ ਮੁਸਲਮਾਨ ਪਾਉਣ ਦੇ ਵਿੱਚ ਹੁੰਦਾ, ਤਾਂ ਅਸੀਂ ਇਸ ਨੂੰ ਸੋਨੇ ਚਾਂਦੀ ਦੇ ਵਿੱਚ ਤੋਲ ਦਿੰਦੇ। ਤਕਰੀਬਨ 300 ਤੋਂ ਲੈ ਕੇ 350